ਬੇਸ਼ੱਕ ਕਿਸਾਨ ਸਾਡਾ ਜਿਹੜੇ ਲੀਡਰ ਨੇ ਕਿਸਾਨ ਨਹੀਂ ਉਹ ਵਿਰੋਧ ਕਰਨ ਕੁਛ ਕਰਨ, ਮੈਂ ਉਹਨਾਂ ਨੂੰ ਪਰ ਕਹਿਣਾ ਚਾਹੁੰਦਾ ਮੈਂ ਸਵਾ ਸਾਲ ਤੁਹਾਡੇ ਵਿੱਚ ਬੈਠਾ ਹੈ, ਜਾਂ ਤਾਂ ਮੈਨੂੰ ਕਹੋ ਮੈਂ ਨਹੀਂ ਬੈਠਾ, ਮੈਨੂੰ ਕਹਿ ਦੇਣ। ਸਰਕਾਰ ਮੈਨੂੰ ਰੋਜ਼ ਤੰਗ ਕਰਦੀ ਸੀ ਉਦੋਂ, ਪਰ ਹੁਣ ਕੋਈ ਚਾਰਾ ਨਹੀਂ ਸੀ। ਜੇ BJP ਵਾਲਿਆਂ ਨੂੰ ਨਾਲ ਗੱਲ ਮਿਲਦੇ ਸੀ ਕਰਦੇ ਸੀ, ਉਹ ਕਹਿੰਦੇ ਸਭ ਕੁਛ ਕਰਨ ਨੂੰ ਤਿਆਰ ਆ। ਤੁਹਾਡੇ ਜਿਹੜੇ ਲੀਡਰ ਨੇ ਪੰਜਾਬ ਦੇ, ਭਗਵੰਤ ਮਾਨ ਵਿੱਚ ਬੈਠਾ ਰਿਹਾ, ਕੀ ਕਰਦਾ ਸੀ ਬੈਠ ਕੇ ਉੱਥੇ? ਕਿਉਂ ਨਹੀਂ ਜ਼ਿੰਮੇਵਾਰੀ ਲਈ ਆਪਣੇ ਆਪ 'ਤੇ ਅਤੇ ਕਿਸਾਨਾਂ ਨੂੰ ਫੇਰ ਚਾਹਤਾ ਲਾਓ ਧਰਨੇ? ਕਾਹਦਾ ਮੁੱਖ ਮੰਤਰੀ ਇਹ? ਕਿਉਂ ਮੰਤਰੀਆਂ ਨਾਲ ਬਹਿੰਦਾ ਸੀ? ਕਿਉਂ ਨਾ ਉੱਥੇ ਫੈਸਲੇ ਕਰਵਾਏ? ਉਸ ਵੇਲੇ ਪਹਿਲਾਂ ਵੀ ਐਂ ਹੋਇਆ, ਕਾਂਗਰਸ ਪਾਰਟੀ ਸੀ ਉਦੋਂ, ਚਾਹੇ ਕੈਪਟਨ ਸਾਹਿਬ ਛੱਡ ਕੇ ਆ ਗਏ, ਕਾਂਗਰਸ ਪਾਰਟੀ ਵੀ ਉਦੋਂ ਕਿਉਂ ਯਾਰ ਕਿਸਾਨ ਇਹਨਾਂ ਨੂੰ ਬਾਰਡਰਾਂ 'ਤੇ ਬਿਠਾਉਣ ਲਈ ਭੇਜਿਆ? ਪੰਜਾਬ ਸਰਕਾਰ ਦੀ ਕੋਈ ਜ਼ਿੰਮੇਵਾਰੀ ਨਹੀਂ ਵੀ ਇਹਨਾਂ ਪ੍ਰਤੀ? ਉਹ ਜ਼ਿੰਮੇਵਾਰੀਆਂ ਲਵਾਂਗੇ ਠੋਕ ਕੇ। ਚਾਹੇ ਇਹ ਕੰਡਿਆਂ ਦਾ ਰਾਹ ਹੈ, ਉਹ ਕੰਡਿਆਂ 'ਤੇ ਰਾਹ ਤੁਰਾਂਗੇ। ਉੱਥੇ ਤਾਂ ਬਹੁਤ ਵਧੀਆ ਰਾਹ ਸੀ ਮੇਰੇ ਲਈ ਕਾਂਗਰਸ, ਸਾਰੇ ਹੀ ਨਤਮਸਤਕ ਹੁੰਦੇ ਸੀ, ਹੱਥ ਜੋੜਦੇ ਸੀ, ਪਰ ਨਹੀਂ, ਤਕਲੀਫ ਪੰਜਾਬ ਦੀ ਦੂਰ ਕਰਨੀ, ਆਪਣੀਆਂ ਮੌਜਾਂ ਨਹੀਂ ਲੈਣੀਆਂ। ਮੇਰੇ 'ਤੇ ਕੋਈ ED, ਮੇਰੇ 'ਤੇ ਕੋਈ ਵਿਜੀਲੈਂਸ, ਨਾ ਪੰਜਾਬ ਸਰਕਾਰ, ਨਾ ਸੈਂਟਰ ਕੋਈ ਮੇਰੇ ਕੋਈ ਕਵੇ ਮੇਰੇ ਵੱਲ ਵੀ ਕੋਈ ਆਹ ਮੇਰੇ 'ਤੇ ਦਾਗ ਸੀ ਭਾਈ ਤਾਂ ਮੈਨੂੰ ਛੱਡ ਕੇ ਜਾਣਾ ਪਿਆ, ਨਹੀਂ। ਇਹ ਤੁਹਾਨੂੰ ਵੀ ਪਤਾ, ਸਾਰੇ ਮੀਡੀਆ ਵਾਲਿਆਂ ਨੂੰ, ਪਰ ਇਹ ਪੰਜਾਬ ਨੂੰ ਬਦਲ ਕੇ ਦਿਖਾਵਾਂਗਾ। ਜਿਵੇਂ ਸਰਦਾਰ ਬੇਅੰਤ ਸਿੰਘ ਜੀ ਨੇ ਉਸ ਵੇਲੇ ਰੁੱਖ ਬਦਲਿਆ ਸੀ ਅੱਤਵਾਦ ਦਾ, ਉਸ ਵੇਲੇ ਪੰਜਾਬ 'ਚ ਸ਼ਾਂਤੀ ਲਿਆਂਦੀ ਸੀ, ਉਵੇਂ ਹੀ ਇਹ ਪੰਜਾਬ ਨੂੰ ਕਰਜ਼ੇ 'ਚੋਂ, ਨਸ਼ੇ 'ਚੋਂ ਕੱਢ ਕੇ ਲੈ ਕੇ ਆਊਂਗਾ। ਇਹ ਮੇਰਾ ਵਾਅਦਾ ਹੈ ਪੰਜਾਬ ਦੇ ਲੋਕਾਂ ਨਾਲ। ਮੈਂ ਦੇਖੋ, ਉਹਨਾਂ ਦੀ ਵੀ ਡਿਊਟੀ ਹੈ, ਉਹਨਾਂ ਦੇ ਜਥੇਬੰਦੀਆਂ ਨੇ ਉਹਨਾਂ ਨੂੰ ਇਸ ਗੱਲ 'ਚ ਡਿਊਟੀਆਂ ਲਾਈਆਂ ਹੋਈਆਂ, ਅਤੇ ਉਹਨਾਂ ਦਾ ਵੀ ਫਰਜ਼ ਆ ਉਹ ਡਿਊਟੀ ਨਿਭਾਉਣ, ਆਪਣੀ ਵਿਰੋਧ ਕਰਨਾ ਹੈ ਜਿਹੜਾ ਉਹ ਬਿਜੀ ਸਦਕੇ ਕਰਨ। ਇਸ ਡੈਮੋਕ੍ਰੇਸੀ 'ਚ ਰੋਕ ਥੋੜ੍ਹੀ ਸਕਦੇ ਹਾਂ, ਪਰ ਮੈਂ ਤਾਂ ਆਪ ਇਹ ਕਹਿੰਦਾ ਵੀ ਮੈਂ ਤਾਂ ਆਪ ਸਵਾ ਸਾਲ ਉਹਨਾਂ ਨਾਲ ਬੈਠਾ, ਉਦੋਂ ਬਾਅਦ ਮਰਨੋਂ ਬਚਿਆ ਮੈਂ ਜਿਸ ਤਰੀਕੇ ਨਾਲ। ਮੈਂ ਤਾਂ ਕਦੇ ਵੀ ਐਸੀ ਗੱਲ ਨਹੀਂ ਕੀਤੀ, ਜਦੋਂ ਵੀ ਕਿਸਾਨ ਲੀਡਰ ਨੇ ਉਹ ਸਾਡੇ 'ਚੋਂ ਹੀ ਨੇ, ਇਹ 'ਚ ਕਿਹੜੀ ਗੱਲ ਆ? ਪਹਿਲਾਂ ਮੈਂ ਕਾਂਗਰਸ ਸੀਗਾ ਅਤੇ ਉਸ ਵੇਲੇ ਵੀ ਅਸੀਂ ਉਹਨਾਂ ਦੇ ਨਾਲ ਸੀ, ਹੁਣ ਮੈਂ BJP ਹਾਂ, ਹੁਣ ਵੀ ਉਹਨਾਂ ਦੇ ਨਾਲ, ਉਹ ਸਾਡੀ ਪੰਜਾਬ ਦੇ ਨੇ, ਅਸੀਂ ਵੀ ਪੰਜਾਬ ਦੇ ਹਾਂ। ਇੱਥੇ ਕੋਈ ਲੇਹ ਲਦਾਖ ਤੋਂ ਜਾਂ ਕੋਈ ਇਹ ਕੋਈ ਅਫਗਾਨਿਸਤਾਨ ਤੋਂ ਅਸੀਂ ਆ ਗਏ, ਇੱਕ ਦੂਜੇ ਦੇ ਉਹੀ ਰਿਸ਼ਤੇ ਨੇ, ਉਹੀ ਇੱਕ ਸੁਨੇਹਾ ਦੇਣਾ ਹੁੰਦਾ, ਉਹ ਉਹਨਾਂ ਨੇ ਦੇਤਾ। ਅਤੇ ਹੁਣ ਰੋਜ਼ ਜੇ ਆਪਾਂ ਲੜਾਈ ਝਗੜੇ ਵਧਾਵਾਂਗੇ ਆਪਸ ਵਿੱਚ, ਪੁਲਿਸ ਰੋਜ਼ ਲਾਠੀ ਚਾਰਜ ਕਰਦੀ ਆ, ਰੋਜ਼ ਡੰਡੇ, ਇਹ ਵਿੱਚ ਨਾ ਬੇਸ਼ੱਕ ਕਿਸਾਨ ਸਾਡਾ ਜਿਹੜੇ ਲੀਡਰ ਨੇ ਕਿਸਾਨ ਨਹੀਂ, ਉਹ ਵਿਰੋਧ ਕਰਨ ਕੁਛ ਕਰਨ, ਮੈਂ ਉਹਨਾਂ ਨੂੰ ਪਰ ਕਹਿਣਾ ਚਾਹੁੰਦਾ ਮੈਂ ਸਵਾ ਸਾਲ ਤੁਹਾਡੇ ਵਿੱਚ ਬੈਠਾ ਹੈ, ਜਾਂ ਤਾਂ ਮੈਨੂੰ ਕਹੋ ਮੈਂ ਨਹੀਂ ਬੈਠਾ, ਮੈਨੂੰ ਕਹਿ ਦੇਣ। ਸਰਕਾਰ ਮੈਨੂੰ ਰੋਜ਼ ਤੰਗ ਕਰਦੀ ਸੀ ਉਦੋਂ, ਪਰ ਹੁਣ ਕੋਈ ਚਾਰਾ ਨਹੀਂ ਸੀ। ਜੇ BJP ਵਾਲਿਆਂ ਨੂੰ ਨਾਲ ਗੱਲ ਮਿਲਦੇ ਸੀ ਕਰਦੇ ਸੀ, ਉਹ ਕਹਿੰਦੇ ਸਭ ਕੁਛ ਕਰਨ ਨੂੰ ਤਿਆਰ ਆ। ਤੁਹਾਡੇ ਜਿਹੜੇ ਲੀਡਰ ਨੇ ਪੰਜਾਬ ਦੇ, ਭਗਵੰਤ ਮਾਨ ਵਿੱਚ ਬੈਠਾ ਰਿਹਾ, ਕੀ ਕਰਦਾ ਸੀ ਬੈਠ ਕੇ ਉੱਥੇ? ਕਿਉਂ ਨਹੀਂ ਜ਼ਿੰਮੇਵਾਰੀ ਲਈ ਆਪਣੇ ਆਪ 'ਤੇ ਅਤੇ ਕਿਸਾਨਾਂ ਨੂੰ ਫੇਰ ਚਾਹਤਾ ਲਾਓ ਧਰਨੇ? ਕਾਹਦਾ ਮੁੱਖ ਮੰਤਰੀ ਇਹ? ਕਿਉਂ ਮੰਤਰੀਆਂ ਨਾਲ ਬਹਿੰਦਾ ਸੀ? ਕਿਉਂ ਨਾ ਉੱਥੇ ਫੈਸਲੇ ਕਰਵਾਏ? ਉਸ ਵੇਲੇ ਪਹਿਲਾਂ ਵੀ ਐਂ ਹੋਇਆ, ਕਾਂਗਰਸ ਪਾਰਟੀ ਸੀ ਉਦੋਂ, ਚਾਹੇ ਕੈਪਟਨ ਸਾਹਿਬ ਛੱਡ ਕੇ ਆ ਗਏ, ਕਾਂਗਰਸ ਪਾਰਟੀ ਵੀ ਉਦੋਂ ਕਿਉਂ ਯਾਰ ਕਿਸਾਨ ਇਹਨਾਂ ਨੂੰ ਬਾਰਡਰਾਂ 'ਤੇ ਬਿਠਾਉਣ ਲਈ ਭੇਜਿਆ? ਪੰਜਾਬ ਸਰਕਾਰ ਦੀ ਕੋਈ ਜ਼ਿੰਮੇਵਾਰੀ ਨਹੀਂ ਵੀ ਇਹਨਾਂ ਪ੍ਰਤੀ? ਉਹ ਜ਼ਿੰਮੇਵਾਰੀਆਂ ਲਵਾਂਗੇ ਠੋਕ ਕੇ। ਚਾਹੇ ਇਹ ਕੰਡਿਆਂ ਦਾ ਰਾਹ ਹੈ, ਉਹ ਕੰਡਿਆਂ 'ਤੇ ਰਾਹ ਤੁਰਾਂਗੇ। ਉੱਥੇ ਤਾਂ ਬਹੁਤ ਵਧੀਆ ਰਾਹ ਸੀ ਮੇਰੇ ਲਈ ਕਾਂਗਰਸ, ਸਾਰੇ ਹੀ ਨਤਮਸਤਕ ਹੁੰਦੇ ਸੀ, ਹੱਥ ਜੋੜਦੇ ਸੀ, ਪਰ ਨਹੀਂ, ਤਕਲੀਫ ਪੰਜਾਬ ਦੀ ਦੂਰ ਕਰਨੀ, ਆਪਣੀਆਂ ਮੌਜਾਂ ਨਹੀਂ ਲੈਣੀਆਂ। ਮੇਰੇ 'ਤੇ ਕੋਈ ED, ਮੇਰੇ 'ਤੇ ਕੋਈ ਵਿਜੀਲੈਂਸ, ਨਾ ਪੰਜਾਬ ਸਰਕਾਰ, ਨਾ ਸੈਂਟਰ ਕੋਈ ਮੇਰੇ ਕੋਈ ਕਵੇ ਮੇਰੇ ਵੱਲ ਵੀ ਕੋਈ ਆਹ ਮੇਰੇ 'ਤੇ ਦਾਗ ਸੀ ਭਾਈ ਤਾਂ ਮੈਨੂੰ ਛੱਡ ਕੇ ਜਾਣਾ ਪਿਆ, ਨਹੀਂ। ਇਹ ਤੁਹਾਨੂੰ ਵੀ ਪਤਾ, ਸਾਰੇ ਮੀਡੀਆ ਵਾਲਿਆਂ ਨੂੰ, ਪਰ ਇਹ ਪੰਜਾਬ ਨੂੰ ਬਦਲ ਕੇ ਦਿਖਾਵਾਂਗਾ। ਜਿਵੇਂ ਸਰਦਾਰ ਬੇਅੰਤ ਸਿੰਘ ਜੀ ਨੇ ਉਸ ਵੇਲੇ ਰੁੱਖ ਬਦਲਿਆ ਸੀ ਅੱਤਵਾਦ ਦਾ, ਉਸ ਵੇਲੇ ਪੰਜਾਬ 'ਚ ਸ਼ਾਂਤੀ ਲਿਆਂਦੀ ਸੀ, ਉਵੇਂ ਹੀ ਇਹ ਪੰਜਾਬ ਨੂੰ ਕਰਜ਼ੇ 'ਚੋਂ, ਨਸ਼ੇ 'ਚੋਂ ਕੱਢ ਕੇ ਲੈ ਕੇ ਆਊਂਗਾ। ਇਹ ਮੇਰਾ ਵਾਅਦਾ ਹੈ
ਪੰਜਾਬ ਦੇ ਲੋਕਾਂ ਨਾਲ। ਮੈਂ ਦੇਖੋ ਉਹਨਾਂ ਦੀ ਵੀ ਡਿਊਟੀ ਹੈ, ਉਹਨਾਂ ਦੇ ਜਥੇਬੰਦੀਆਂ ਨੇ ਉਹਨਾਂ ਦਾ ਉਹਨਾਂ ਨੂੰ ਇਸ ਗੱਲ 'ਚ ਡਿਊਟੀਆਂ ਲਾਈਆਂ ਹੋਈਆਂ, ਅਤੇ ਉਹਨਾਂ ਦਾ ਵੀ ਫਰਜ਼ ਆ ਉਹ ਡਿਊਟੀ ਨਿਭਾਉਣ, ਆਪਣੀ ਵਿਰੋਧ ਕਰਨਾ ਹੈ ਜਿਹੜਾ ਉਹ ਬਿਜੀ ਸਦਕ ਕਰਨ, ਇਸ ਡੈਮੋਕ੍ਰੇਸੀ 'ਚ ਰੋਕ ਥੋੜ੍ਹੀ ਸਕਦੇ ਹਾਂ। ਪਰ ਮੈਂ ਤਾਂ ਆਪ ਇਹ ਕਹਿੰਦਾ ਵੀ ਮੈਂ ਤਾਂ ਆਪ ਸਵਾ ਸਾਲ ਉਹਨਾਂ ਨਾਲ ਬੈਠਾਂ, ਉਦੋਂ ਬਾਅਦ ਮਰਨੋਂ ਬਚਿਆ ਮੈਂ ਜਿਸ ਤਰੀਕੇ ਨਾਲ, ਮੈਂ ਤਾਂ ਕਦੇ ਵੀ ਐਸੀ ਗੱਲ ਨਹੀਂ ਕੀਤੀ। ਜਦੋਂ ਵੀ ਕਿਸਾਨ ਲੀਡਰ ਨੇ ਉਹ ਸਾਡੇ 'ਚੋਂ ਹੀ ਨੇ, ਇਹ 'ਚ ਕਿਹੜੀ ਗੱਲ ਆ। ਪਹਿਲਾਂ ਮੈਂ ਕਾਂਗਰਸ ਸੀਗਾ ਅਤੇ ਉਸ ਵੇਲੇ ਵੀ ਅਸੀਂ ਉਹਨਾਂ ਦੇ ਨਾਲ ਸੀ, ਹੁਣ ਮੈਂ BJP ਹਾਂ, ਹੁਣ ਵੀ ਉਹਨਾਂ ਦੇ ਨਾਲ। ਉਹ ਸਾਡੀ ਪੰਜਾਬ ਦੇ ਨੇ, ਅਸੀਂ ਵੀ ਪੰਜਾਬ ਦੇ ਹਾਂ। ਇੱਥੇ ਕੋਈ ਲੇਹ ਲਦਾਖ ਤੋਂ ਜਾਂ ਕੋਈ ਇਹ ਕੋਈ ਅਫਗਾਨਿਸਤਾਨ ਤੋਂ ਅਸੀਂ ਆ ਗਏ, ਇੱਕ ਦੂਜੇ ਦੇ ਉਹੀ ਰਿਸ਼ਤੇ ਨੇ। ਉਹੀ ਇੱਕ ਸੁਨੇਹਾ ਦੇਣਾ ਹੁੰਦਾ, ਉਹ ਉਹਨਾਂ ਨੇ ਦੇਤਾ। ਅਤੇ ਹੁਣ ਰੋਜ਼ ਜੇ ਆਪਾਂ ਲੜਾਈ ਝਗੜੇ ਵਧਾਵਾਂਗੇ ਆਪਸ ਵਿੱਚ, ਪੁਲਿਸ ਰੋਜ਼ ਲਾਠੀ ਚਾਰਜ ਕਰਦੀ ਆ, ਰੋਜ਼ ਡੰਡੇ, ਇਹ ਵਿੱਚ ਨਾ